ਪਹਿਲਾਂ ਜਦੋਂ ਕਿਤਾਬਾਂ ਵਾਲੀ ਦੁਕਾਨ 'ਤੇ ਕੰਮ ਕਰਦਾ ਹੁੰਦਾ ਸੀ ਉਦੋਂ ਮੈਂ ਸੋਚਦਾ ਹੁੰਦਾ ਸੀ ਵੀ ਯਾਰ ਜੇ ਆਪਦੀ ਦੁਕਾਨ ਹੋਵੇ ਵੀ ਕਿਵੇਂ ਦੀ ਹੋਣੀ ਚਾਹੀਦੀ ਹੈ। ਫਿਰ ਮੇਰਾ ਇਹ ਇਰਾਦਾ ਸੀ ਕਿ ਚਾਹਖਾਨਾ ਜ਼ਰੂਰ ਹੋਣਾ ਚਾਹੀਦਾ। ਫਿਰ ਮੈਂ ਚਾਹਖਾਨਾ ਇਹਨੂੰ ਬਣਾਇਆ ਉੱਪਰ, ਇਹ ਉੱਪਰ ਹੁਣ ਜਿੱਥੇ ਆਪਾਂ ਬੈਠੇ ਹਾਂ ਚਾਹਖਾਨਾ ਬਣਿਆ। ਇੱਥੇ ਬਸ ਬਹਿ ਕੇ ਲੋਕ ਚਾਹ ਪੀਂਦੇ ਨੇ, ਜੋ ਵੀ ਦੋ ਚਾਰ ਆਉਂਦੇ ਨੇ ਉਹਨਾਂ ਨੂੰ ਚਾਹ ਭੇਜਦੀ ਹੈ, ਅਤੇ ਕੋਈ ਕਿਤਾਬ ਬਹਿ ਕੇ ਪੜ੍ਹਦਾ ਇੱਥੇ ਉਹਨੂੰ ਆਪਾਂ ਚਾਹ ਉਹਦੇ ਪੈਸੇ ਨਹੀਂ ਲੈਂਦੇ ਚਾਹ ਦੇ, ਬਸ ਉਹਨੂੰ ਪੈਦਾ ਵਿੱਚ ਪੜ੍ਹ ਦੂੰ ਹੈ ਨਾ, ਚਾਹ ਦੀ ਕੋਈ ਚੱਕਰ ਨਹੀਂ। ਬਸ ਇਹੀ ਆ, ਇਹ ਸੁਪਨਾ 'ਚ ਹੀ ਆ ਸਿਰਜਾ ਬਾਈ, ਹੋਰ ਕਿੱਥੋਂ ਕੁਛ ਨਹੀਂ ਆਇਆ। ਸੁਪਨੇ ਹੈਗੇ ਸੀ, ਸੁਪਨੇ ਲਾਜ਼ਮੀ ਆ ਭਰਾਵੋ, ਸੁਪਨੇ ਦੇਖੋ ਬਸ। ਐਮ ਏ ਕਰਦੇ ਕਰਦੇ ਨੇ ਨਾ ਆਪਦਾ ਸਟਾਲ ਲਾਉਣ ਲੱਗ ਗਿਆ ਸੀ ਕਿਤਾਬਾਂ ਦਾ, ਆਪ ਹੀ ਸਟਾਲ ਲਾ ਲੈਂਦਾ ਸੀਗਾ। ਔਨਲਾਈਨ ਮੈਂ ਕੰਮ ਸ਼ੁਰੂ ਕਰ ਲਿਆ, ਪੇਜ ਬਣਾ ਕੇ ਬੁੱਕ ਸਬ ਬਣਾਇਆ ਪੇਜ, ਉਹ 'ਤੇ ਕੰਮ ਕਰਨ ਲੱਗ ਗਿਆ। ਅਤੇ ਬਸ ਇੱਦਾਂ ਫਿਰ ਮੈਨੂੰ ਉਹਦੇ 'ਚ ਵਧੀਆ ਪੈਸੇ ਬਣਨ ਲੱਗ ਗਏ, ਸਵਾਦ ਪੈ ਗਿਆ। ਅਤੇ ਹੁਣ ਮੈਨੂੰ ਐਂ ਲੱਗਦਾ ਵੀ ਮੈਂ ਕੁਛ, ਮਤਲਬ ਜੇ ਹੈਗਾ ਜ਼ਿੰਦਗੀ 'ਚ ਤਾਂ ਕੁਛ ਕਰਕੇ ਜਾਵਾਂ। ਬੰਦਿਆਂ ਨੂੰ ਲੱਗੇ ਵੀ ਇਹ ਕਿਤਾਬਾਂ ਵਾਲਾ ਭਾਈ ਸੀਗਾ, ਮੈਂ ਬਸ ਕਿਤਾਬਾਂ 'ਤੇ ਆਪਦੀ ਜ਼ਿੰਦਗੀ ਲਾਉਣਾ ਚਾਹੁੰਦਾ ਸਾਰੀ ਜ਼ਿੰਦਗੀ। ਕੋਈ ਵੀ ਕਿਤਾਬ ਆ, ਕਿਤਾਬ ਤਾਂ ਇਹੀ ਹੈ ਕਿ ਇੱਕ ਜਿਹੜਾ ਸੰਸਾਰ ਤੁਸੀਂ ਜਿਉਂਦੇ ਹੋ ਉਹ ਤੋਂ ਤੁਹਾਨੂੰ ਇੱਕ ਹੋਰ ਸੰਸਾਰ ਦੇ ਦੂਗੀ ਉਹ। ਜੇ ਕਿਸੇ ਬੰਦੇ ਨੇ ਕਿਤਾਬਾਂ ਵੱਧ ਪੜ੍ਹੀਆਂ ਤਾਂ ਉਹ ਸਮਝ ਲਓ ਕਿ ਵੱਧ ਦੁਨੀਆ ਜੀ ਲਿਆ। ਇੱਕ ਕਹਿ ਲਓ ਕਿ ਕਲਪਨਾ ਤੁਹਾਨੂੰ ਕਲਪਨਾ ਦਿੰਦੀ ਹੈ, ਕਿਤਾਬ ਤੁਹਾਨੂੰ ਕਲਪਨਾ ਦਿੰਦੀ ਹੈ, ਕਲਪਨਾ ਵਿੱਚ ਸਿਰਜਣਾ ਹੁੰਦੀ ਹੈ। ਜਿੰਨੀ ਇਮੇਜੀਨੇਸ਼ਨ ਤੁਸੀਂ ਵੱਧ ਕਰੋਗੇ ਉਨਾ ਸੋਹਣਾ ਸੰਸਾਰ ਹੋਊਗਾ। ਜਿੱਥੇ ਇਮੇਜੀਨੇਸ਼ਨ ਸੁਪਨੇ ਉੱਥੇ ਜੁੜ ਜਾਂਦੀ ਹੈ ਗੱਲ, ਸੁਪਨੇ ਖਤਮ ਆ ਤਾਂ ਕੁਛ ਵੀ ਸਾਰਾ ਕੁਛ ਖਤਮ। ਕਿਤਾਬਾਂ ਤੋਂ ਇਲਾਵਾ ਬਾਈ ਮੈਂ ਵਾਰਤਕ ਲਿਖ ਲੈਂਦਾ ਹੂੰ, ਵਾਰਤਕ ਲਿਖ ਲੈਂਦਾ ਉਹ ਛੋਟੀ ਜਿਹੀ, ਮਤਲਬ ਛੋਟੀਆਂ ਛੋਟੀਆਂ ਘਟਨਾਵਾਂ ਕਦੇ ਕਦੇ ਮੈਂ ਫੇਸਬੁੱਕ 'ਤੇ ਪਾ ਦਿੰਦਾ ਹੁਣ ਕੋਈ ਲਿਖ ਕੇ। ਹੁਣ ਲਿਖਿਆ ਤਾਂ ਪਿਆ ਬਹੁਤ ਸਾਰੀਆਂ ਘਟਨਾਵਾਂ, ਮੈਨੂੰ ਕਹਾਣੀਆਂ ਉਹ ਵੀ ਯਾਦ ਰਹਿੰਦੀਆਂ। ਮੈਂ ਮਤਲਬ ਸਵਾਦ ਲੈਂਦਾ ਰਹਿੰਦਾ ਉਹਨਾਂ ਨੂੰ ਸੋਚ ਕੇ ਜਾਂ ਆਪਦੇ ਇੱਕ ਦ੍ਰਿਸ਼ ਬਣਾ ਕੇ। ਉਸ ਤੋਂ ਇਲਾਵਾ ਮੈਂ ਕਢਾਈ ਕਰ ਲੈਂਦਾ, ਤੁਸੀਂ ਦੇਖ ਲਿਓ ਤਸਵੀਰਾਂ ਪਈਆਂ ਬਹੁਤ ਸਾਰੀਆਂ, ਕਢਾਈ ਕਰਕੇ ਕੁਛ ਨਾ ਕੁਛ ਬਣਾਈ ਜਾਂਦਾ ਰਹਿੰਦਾ ਵਿਹਲੇ ਟਾਈਮ, ਮਤਲਬ ਵਿਹਲਾ ਟਾਈਮ ਤਾਂ ਬਹੁਤ ਘੱਟ ਮਿਲਦਾ। ਬਾਕੀ ਉਸ ਤੋਂ ਬਾਅਦ ਬਾਈ ਹੁਣ ਆਪਣਾ ਵਿਆਹ ਕਰਾਉਣਾ ਅਤੇ ਫਿਰ ਪਤਾ ਨਹੀਂ ਕਢਾਈਆਂ ਹੋਣਗੀਆਂ ਕਿ ਨਹੀਂ। ਅਤੇ ਹਾਂ ਉਹ ਪ੍ਰੋਜੈਕਟ ਲਾ ਰਿਹਾ, ਬਸ ਘਰ ਬਣਾ ਰਿਹਾ ਹੁਣ। ਅਤੇ ਬਾਕੀ ਫਿਰ ਵਿਆਹ ਤੋਂ ਬਾਅਦ ਹੁਣ ਇਹ ਵਿਆਹ ਨੂੰ ਪਤਾ ਵੀ ਕਿੰਨਾ ਕੁ, ਤੁਹਾਡਾ ਵਿਆਹ ਹੋਇਆ ਤੁਹਾਨੂੰ ਪਤਾ ਉਦੋਂ ਬਾਅਦ ਕੀ ਹੁੰਦਾ ਬੰਦੇ ਨਾਲ, ਬਸ ਉਹ ਹੋਣ ਵਾਲਾ ਮੇਰੇ ਨਾਲ। ਜੀਵਨ ਇੱਦਾਂ ਹੀ ਰਿਹਾ ਕਿ ਬਚਪਨ ਤੋਂ ਕੰਮ ਕਰਦੇ ਰਹੇ ਹਾਂ ਬਾਈ, ਮਤਲਬ ਪ੍ਰਾਇਮਰੀ ਸਕੂਲ ਤੱਕ ਪੜ੍ਹਾਈ ਕੀਤੀ ਪਹਿਲਾਂ, ਪ੍ਰਾਇਮਰੀ ਸਕੂਲ ਦੀ ਪੜ੍ਹਾਈ ਤੋਂ ਬਾਅਦ ਫਿਰ ਆਪਦਾ ਦਿਹਾੜੀ ਦੱਪਾ ਜਾਂਦੇ ਰਹੇ। ਅਤੇ ਦਿਹਾੜੀ ਦੱਪੇ ਤੋਂ ਬਾਅਦ ਫਿਰ ਮੈਂ ਦੁੱਧ ਡੈਰੀ 'ਤੇ ਵੀ ਕੰਮ ਕਰਦਾ ਰਿਹਾ, ਫਿਰ ਮੈਕਸ ਹੋਸਪਿਟਲ ਸੀ ਉੱਥੇ ਬਠਿੰਡਾ, ਉੱਥੇ ਵੀ ਕੰਮ ਕਰਦੇ ਰਹੇ, ਫਿਰ ਦੁੱਧ ਡੈਰੀ 'ਤੇ ਕੰਮ ਕਰਨਾ ਪਿਆ, ਨਾਲ ਨਾਲ ਪੜ੍ਹਾਈ ਚੱਲੀ ਗਈ। ਪਰ ਹੈ ਨਾ, ਤਾਂ ਉਹਦੇ 'ਚ ਇਹ ਮੈਂ ਧਾਰ ਹੀ ਲਿਆ ਸੀ ਕਿ ਪੜ੍ਹਨਾ ਤਾਂ ਹੈਗਾ ਹੀ ਆ, ਕੁਛ ਮਰਜ਼ੀ ਹੋ ਜਾਵੇ। BA ਜਦੋਂ ਮੈਂ BA 'ਚ ਹੋਇਆ ਉਦੋਂ ਮੈਂ ਹੋਸਪਿਟਲ 'ਚ ਕੰਮ ਕਰਦਾ ਹੁੰਦਾ ਸੀਗਾ ਨਾਈਟ ਕਰਕੇ ਉੱਥੇ, ਅਤੇ ਸਵੇਰੇ ਮੈਂ ਆ ਜਾਂਦਾ ਸੀਗਾ ਪਹਿਲਾਂ ਲੈਕਚਰ ਜਿਹੜਾ ਹੁੰਦਾ ਸੀ, ਹਾਲਾਂਕਿ ਮੈਂ ਕਈ ਵਾਰੀ ਸੌਂ ਹੀ ਜਾਂਦਾ ਸੀ ਉਹ 'ਚ, ਹੁੰਦਾ ਸੀ ਕਈ ਵਾਰੀ ਜ਼ਿਆਦਾ ਕੰਮ ਹੋਸਪਿਟਲ 'ਚ। ਤਾਂ ਇੱਦਾਂ ਚੱਲਦਾ ਰਿਹਾ ਕੰਮ, ਫੀਸਾਂ ਫੂਸਾਂ ਵਿੱਚ ਹੀ ਭਰਦੀਆਂ, ਵਿੱਚ ਹੀ ਵਰਦੀ, ਵਿੱਚ ਹੀ ਲੀੜਾ ਕੱਪੜਾ ਚੱਲੀ ਗਿਆ, ਕਿਤੇ ਮੰਗ ਕੇ ਪਾਲਿਆ, ਕਿਸੇ ਨੇ ਦੇ ਤਾ ਹੈ ਨਾ ਉਹ ਪਾਲਿਆ। ਪੜ੍ਹਾਈ 'ਚ ਪਰ ਮੈਂ ਸੀ ਨਲਾਇਕ ਹੀ, ਪੜ੍ਹਾਈ 'ਚ ਮੈਂ ਇੰਨਾ ਹੁਸ਼ਿਆਰ ਨਹੀਂ ਸੀਗਾ, ਨਾ ਮੈਨੂੰ ਇੰਗਲਿਸ਼ ਆਉਂਦੀ ਸੀ ਨਾ ਮੈਨੂੰ ਮੈਥ ਆਉਂਦਾ ਸੀ, ਬਾਕੀ ਸਬਜੈਕਟਾਂ 'ਚ ਮੈਂ ਬਹੁਤ ਵਧੀਆ ਠੀਕ ਸੀਗਾ। ਅਤੇ ਉਹ ਮੈਂ ਆਪਣਾ ਦਸਵੀਂ ਤੱਕ ਹੀ ਮਤਲਬ ਸ਼ਰਾਰਤੀ ਬਹੁਤ ਸੀਗਾ। ਦਸਵੀਂ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਦੌਰ ਬਦਲ ਗਿਆ ਪਲੱਸ ਵਨ 'ਚ ਆਉਣ ਨਾਲ, ਪਰ ਮੈਂ ਸਵਾਲ ਜਵਾਬ ਬਹੁਤ ਕਰਦਾ ਸੀਗਾ। ਇੱਕ ਹੁੰਦੇ ਨਾ ਵੀ ਮਤਲਬ ਜਮਾਤ 'ਚ ਜਿਹੜੇ ਸਵਾਲ ਬਹੁਤ ਕਰਦੇ ਆ ਤੁਹਾਨੂੰ, ਉਹ ਮੈਂ ਸੀਗਾ, ਮਤਲਬ ਸਵਾਲ ਬਹੁਤ ਕਰਨੇ, ਪਿੱਛੇ ਐਂਡ ਵਾਲੇ ਬੈਂਚ ਵਾਲੇ ਬੰਦੇ ਸੀ ਅਸੀਂ, ਅਤੇ ਹਰ ਗੱਲ 'ਤੇ ਸਵਾਲ, ਹਰ ਮਤਲਬ ਅਧਿਆਪਕ ਬਹੁਤ, ਕਈ ਤਾਂ ਜਿਹੜੇ ਔਖੇ ਹੁੰਦੇ ਸੀ ਜਿਹੜੇ, ਉਹ ਬਹੁਤ ਔਖੇ ਰਹੇ ਸਾਡੇ 'ਤੇ। ਅਤੇ BA 'ਚ ਆ ਕੇ ਵੀ ਇੱਦਾਂ ਹੀ ਕੀਤਾ, BA 'ਚ ਤਾਂ ਮੈਂ ਬਹੁਤ ਜ਼ਿਆਦਾ ਮਤਲਬ ਇਹ ਸੀ ਮੇਰਾ ਹਾਲ ਕਿ ਮੈਂ ਕੋਈ ਵੀ ਲੈਕਚਰ ਛੱਡਦਾ ਹੀ ਨਹੀਂ ਸੀ, ਜੇ ਮੇਰਾ ਸਾਡਾ ਕੋਈ ਟੀਚਰ ਜਾਂ ਅਧਿਆਪਕ ਨਾ ਵੀ ਆਇਆ ਹੁੰਦਾ ਤਾਂ ਮੈਂ ਕੀ ਕਰਦਾ, ਹੋਰ 'ਚ ਜਾ ਕੇ ਬਹਿ ਜਾਂਦਾ, ਉਹਦੀਆਂ ਕਲਾਸਾਂ ਲਾਈ ਜਾਂਦਾ ਰਹਿੰਦਾ। ਮੈਨੂੰ ਸਾਰਾ ਮਤਲਬ ਸਾਡੇ ਜਿਹੜੇ ਕਾਲਜ ਟਾਈਮ ਦੇ ਅਧਿਆਪਕ ਸੀਗੇ ਸਾਰੇ ਜਾਣਦੇ ਸੀਗੇ, ਵੀ ਨਹੀਂ ਤਾਂ ਬਹੁਤਾ ਇੱਦਾਂ ਹੁੰਦਾ ਕਿ ਸਬਜੈਕਟ ਵਾਲੇ ਬੰਦੇ ਨੂੰ ਜਾਣਦੇ ਹੁੰਦੇ ਵੀ ਸਾਡੇ ਸਬਜੈਕਟ ਦਾ। ਬਸ ਇੱਦਾਂ ਕਰਦੇ ਕਰਦੇ ਫਿਰ ਯੂਨੀਵਰਸਿਟੀ ਆਇਆ, ਯੂਨੀਵਰਸਿਟੀ ਆਉਣ ਵੇਲੇ ਵੀ ਮੇਰੀ ਸਬਲੀ ਸੀਗੀ BA 'ਚ,
ਪਰ ਮੈਂ ਇੱਥੇ ਆ ਗਿਆ ਸੀਗਾ, ਇੱਥੇ ਦੋਸਤ ਮਿੱਤਰ ਨਾਲ ਹੋਸਟਲ 'ਚ ਰਹਿਣ ਲੱਗ ਗਿਆ। ਪਰ ਫਿਰ ਖਰਚਾ ਪਾਣੀ ਨਿਕਲਦਾ ਸੀ ਉੱਥੇ। ਮੈਂ ਉਹਦਾ BA ਫਾਈਨਲ ਵੇਲੇ ਡੋਮੀਨੋ 'ਚ ਕੰਮ ਕਰਨ ਲੱਗ ਗਿਆ। 1.5 ਸਾਲ ਮੈਂ ਡੋਮੀਨੋ 'ਚ ਕੰਮ ਕੀਤਾ। 1.5 ਸਾਲ ਡੋਮੀਨੋ 'ਚ ਕੰਮ ਕਰਕੇ ਇਹ ਤੋਂ ਬਾਅਦ ਬਠਿੰਡੇ ਇੱਥੇ ਆ ਗਿਆ ਪਟਿਆਲੇ। ਪਟਿਆਲੇ ਆਉਣ ਬਾਅਦ ਫਿਰ ਮੈਂ 6 ਮਹੀਨੇ ਫਿਰ ਡੋਮੀਨੋ 'ਚ ਇੱਥੇ ਕੰਮ ਕੀਤਾ ਪਾਰਟ ਟਾਈਮ। ਪਰ ਇੱਥੇ ਕੰਮ ਜਿਹਾ ਲੋਟ ਨਹੀਂ ਆਉਂਦਾ ਸੀਗਾ। ਫਿਰ ਇੱਥੇ ਮੈਂ MA ਪੰਜਾਬੀ ਭਰਤੀ CC ਡਿਪਾਰਟਮੈਂਟ 'ਚ, ਅਤੇ ਨਾਲ ਨਾਲ ਕਿਤਾਬਾਂ ਵਾਲੀ ਦੁਕਾਨ 'ਤੇ ਕੰਮ ਕਰਨ ਲੱਗ ਗਿਆ। ਬਸ ਫਿਰ ਮੈਂ 1.5 ਸਾਲ ਉਹਨਾਂ ਬਾਈਆਂ 'ਤੇ ਲਾਇਆ। 1.5 ਸਾਲ 'ਚ ਮੈਨੂੰ ਬਹੁਤ ਸਾਰਾ ਪਤਾ ਲੱਗ ਗਿਆ ਸੀ, ਹਜੇ ਵੀ ਸਿੱਖੀ ਜਾਂਦਾ ਰਹਿੰਦਾ ਕੰਮ ਤਾਂ। ਪਰ ਫਿਰ ਮੈਂ ਉੱਥੇ MA ਕਰਦਾ, ਮੈਨੂੰ ਆਇਆ ਸੀ ਪ੍ਰੋਫੈਸਰ ਲੱਗੂੰਗਾ। ਫਿਰ ਮੈਂ ਕਿਹਾ ਵੀ ਨਹੀਂ, ਆਪਾਂ ਉਸ ਚੀਜ਼ ਲਈ ਨਹੀਂ ਬਣੇ। ਅਤੇ ਜਿਹੜੇ ਆਪਣਾ ਵਿਦਿਆਰਥੀ ਜ਼ਿੰਦਗੀ ਹੁੰਦੀ ਆ ਉਹਦੇ 'ਚ ਨਾ ਬੰਦੇ ਨੂੰ ਐਂ ਲੱਗਦਾ ਵੀ ਯਾਰ ਬਸ BA ਕਰ ਲਈ, ਉਦੋਂ ਬਾਅਦ MA ਕਰ ਲੈਣੀ ਆ ਅਤੇ ਆਪਾਂ ਪ੍ਰੋਫੈਸਰ ਲੱਗ ਜਾਣਾ ਜਾਂ ਆਪਾਂ ਅਧਿਆਪਕ ਲੱਗ ਜਾਣਾ, ਹੈ ਨਾ। BEd ਕਰ ਲਈ ਆਪਾਂ ਅਧਿਆਪਕ ਲੱਗ ਜਾਣਾ। ਅਸਲ 'ਚ ਉਦੋਂ ਬਾਅਦ ਜਿਹੜੀਆਂ ਉਹ ਪੜ੍ਹਾਈ ਤਾਂ ਉਦੋਂ ਬਾਅਦ ਸ਼ੁਰੂ ਹੁੰਦੀ ਹੈ ਮੇਰੇ ਹਿਸਾਬ ਦੇ ਨਾਲ MA ਤੋਂ ਬਾਅਦ। ਜਦੋਂ ਬੰਦਾ MA 'ਚ ਇੱਥੇ ਆਉਂਦਾ ਤਾਂ ਬੰਦੇ ਨੂੰ ਲੱਗਦਾ ਕਿ ਹਜੇ ਤਾਂ ਸ਼ੁਰੂਆਤ ਸ਼ੁਰੂ ਹੋਈ ਆ, ਕਿਉਂਕਿ ਸਬਜੈਕਟ ਦੀ ਪੜ੍ਹਾਈ ਕਰਨੀ ਪੈਂਦੀ ਹੈ, ਇੱਕ ਸਬਜੈਕਟ ਹੋ ਜਾਂਦਾ ਤੁਹਾਡੇ ਕੋਲ ਅਤੇ ਉਹਦੀਆਂ ਬਰੀਕੀਆਂ ਜਾਣਨੀਆਂ ਪੈਂਦੀਆਂ, ਹੈ ਨਾ। ਹੁਣ ਮੈਂ MA ਪੰਜਾਬੀ ਕੀਤੀ ਆ, ਮੈਂ ਲੱਗਦਾ ਵੀ MA ਪੰਜਾਬੀ ਸਭ ਤੋਂ ਨਲਾਇਕ ਬੰਦਾ ਸੀ। ਅਤੇ MA ਪੰਜਾਬੀ ਕਰਦੇ ਕਰਦੇ ਫਿਰ ਇੱਥੇ ਕੀ ਹੁੰਦਾ, ਬੰਦੇ ਨੂੰ ਟੈਸਟਾਂ ਦੀ ਤਿਆਰੀ ਕਰਨੀ ਪੈਂਦੀ ਆ ਬਹੁਤੇ, ਜਿਵੇਂ ਨੈੱਟ ਹੋ ਗਿਆ, ਹੈ ਨਾ, ਜਾਂ ਜਿਨ੍ਹਾਂ ਨੂੰ ਜਿਹੜੇ BEd ਕਰਦੇ ਮਾਸਟਰ ਗ੍ਰੇਡਰ ਹੋ ਜਾਂਦਾ, ਹੈ ਨਾ। ਤਾਂ ਜਦੋਂ ਨੈੱਟ ਦੀ ਤਿਆਰੀ ਕਰਦਾ ਸੀ ਤਾਂ ਉਹਦੇ ਵਿੱਚ ਨਾ ਸਵਾਲ ਜਵਾਬ ਯਾਦ ਬਹੁਤ ਰੱਖਣੇ ਪੈਂਦੇ ਨੇ। ਉੱਥੇ ਐਂ ਯਾਦ ਰੱਖਣਾ ਪੈਂਦਾ ਕਿ ਇਹ ਕਿਤਾਬ ਕਿਹਦੀ ਆ, ਇਹ ਕਹਾਣੀ ਕਿਹਦੀ ਆ। ਕਹਾਣੀ ਦਾ ਹੀ ਉਹਨਾਂ ਨੂੰ ਕੋਈ ਮਤਲਬ ਨਹੀਂ, ਕਹਾਣੀ 'ਚ ਦੱਸਿਆ ਕੀ ਗਿਆ, ਕਿਹਾ ਕੀ ਗਿਆ, ਤੁਹਾਨੂੰ ਕੀ ਲੱਗਿਆ। ਮੈਨੂੰ ਲੱਗਦਾ ਹੁੰਦਾ ਕਿ ਉਹ 'ਚ ਸਿਰਜਣਾਤਮਕ ਤੌਰ 'ਤੇ ਕੁਛ ਨਹੀਂ ਹੁੰਦਾ, ਸਾਰਾ ਮਤਲਬ ਇਹ ਹੁੰਦਾ ਕਿ ਤੁਹਾਡੇ ਕੋਲ ਅੰਕੜੇ ਕਿੰਨੇ ਆ, ਅਤੇ ਉਹ ਅੰਕੜੇ ਵਾਲੇ 'ਚ ਆਪਾਂ ਨਹੀਂ, ਮੇਰਾ ਆਪਣਾ ਫੋਨ ਹੀ ਪੈਂਦਾ ਸੀ ਅੰਕੜਿਆਂ 'ਚ। ਹਾਲਾਂਕਿ ਸਬਜੈਕਟ ਦੀ ਚੱਲ ਜਿਹੜਾ ਜਿਹੜਾ ਸਾਡਾ ਵਿਸ਼ਾ ਹੁੰਦਾ ਸੀ ਉਹਦੀ ਤਾਂ ਮੈਂ ਮਤਲਬ ਗਿਆਨ ਰੱਖ ਲੈਂਦਾ ਸੀਗਾ, ਪਰ ਹੋਰ ਨਹੀਂ। ਮਤਲਬ ਉਹ ਇੱਕ ਪੇਪਰ ਹੋਰ ਹੁੰਦਾ ਨੈੱਟ 'ਤੇ, ਦੋ ਪੇਪਰ ਹੁੰਦੇ ਨੈੱਟ 'ਚ, ਉਹਦੇ 'ਚ ਦੂਜਾ ਉਹ ਮਤਲਬ ਆਪਣੇ ਵੱਸ ਦਾ ਰੋਗ ਨਹੀਂ ਸੀ, ਮੈਨੂੰ ਪਤਾ ਲੱਗ ਗਿਆ ਸੀ। ਤਾਂ ਫਿਰ ਮੈਂ ਇੱਧਰ ਇਹ ਕਿਤਾਬਾਂ ਵਾਲਾ ਕੰਮ ਉਦੋਂ ਉਹਨੇ ਟਾਈਮ 'ਚ MA ਕਰਦੇ ਕਰਦੇ ਨੇ ਨਾ ਆਪਦਾ ਸਟਾਲ ਲਾਉਣ ਲੱਗ ਗਿਆ ਸੀ ਕਿਤਾਬਾਂ ਦਾ, ਆਪ ਹੀ ਸਟਾਲ ਲਾ ਲੈਂਦਾ ਸੀਗਾ। ਔਨਲਾਈਨ ਮੈਂ ਕੰਮ ਸ਼ੁਰੂ ਕਰ ਲਿਆ, ਪੇਜ ਬਣਾ ਕੇ ਬੁੱਕਸਬ ਬਣਾਇਆ ਪੇਜ, ਉਹ 'ਤੇ ਕੰਮ ਕਰਨ ਲੱਗ ਗਿਆ। ਅਤੇ ਬਸ ਇੱਦਾਂ ਫਿਰ ਮੈਨੂੰ ਉਹਦੇ 'ਚ ਵਧੀਆ ਪੈਸੇ ਬਣਨ ਲੱਗ ਗਏ, ਸਵਾਦ ਪੈ ਗਿਆ। ਅਤੇ ਹੁਣ ਮੈਨੂੰ ਐਂ ਲੱਗਦਾ ਵੀ ਮੈਂ ਕੁਛ ਮਤਲਬ ਜੇ ਹੈਗਾ ਜ਼ਿੰਦਗੀ 'ਚ ਤਾਂ ਕੁਛ ਕਰਕੇ ਜਾਵਾਂ। ਬੰਦਿਆਂ ਨੂੰ ਲੱਗੇ ਵੀ ਇਹ ਕਿਤਾਬਾਂ ਵਾਲਾ ਭਾਈ ਸੀਗਾ, ਮੈਂ ਬਸ ਕਿਤਾਬਾਂ 'ਚ ਆਪਦੀ ਜ਼ਿੰਦਗੀ ਲਾਉਣਾ ਚਾਹੁੰਦਾ ਸਾਰੀ ਜ਼ਿੰਦਗੀ। ਕਈ ਵਾਰੀ ਬਹੁਤ ਇੱਦਾਂ ਵੀ ਹੋਇਆ ਵੀ ਕਿਤਾਬ 'ਤੇ ਰੇਟ ਹੋਰ ਹੁੰਦਾ ਸੀਗਾ, ਤਾਂ ਜਿਵੇਂ ਕਿਸੇ ਨੂੰ ਕਿਹੜੀ ਭੁਲੇਖੇ ਨਾਲ ਕਿਸੇ ਤੋਂ ਹੋਰ ਲੈ ਲਿਆ, ਤਾਂ ਉਹ ਬਾਅਦ 'ਚ ਬੰਦਾ ਆਇਆ ਲੜਿਆ ਗਲ ਪਿਆ, ਹਾਲਾਂਕਿ ਹੈ ਨਾ। ਤਾਂ ਇੱਦਾਂ ਦੀਆਂ ਘਟਨਾਵਾਂ ਵੀ ਹੈਗੀਆਂ। ਅਤੇ ਇੱਕ ਘਟਨਾ ਦੱਸਦਾ ਤੁਹਾਨੂੰ। ਇੱਕ ਵਾਰ ਕੀ ਹੋਇਆ ਕਿ ਜਿੰਨਾ ਟਾਈਮ ਸਮੇਂ 'ਚ ਮੈਂ ਮਤਲਬ ਪਹਿਲੀ ਸਟਾਲ ਲਾਈ ਆਪਦੀ ਜ਼ਿੰਦਗੀ ਦੀ, ਹੈ ਨਾ, ਤਾਂ ਉਹ ਕੀ ਹੋਇਆ, ਮੈਂ ਸਟਾਲ ਲਾਈ ਸੀਗੀ, ਮੇਰੇ ਕੋਲ ਸਟਾਲ ਲਾਉਣ ਨੂੰ ਨਾ ਤਾਂ ਕਿਤਾਬਾਂ ਸੀ ਇੰਨੀਆਂ, ਨਾ ਹੀ ਮੇਰੇ ਕੋਲ ਇੰਨੇ ਪੈਸੇ ਸੀ ਕਿ ਮੈਂ ਕਿਤਾਬਾਂ ਖਰੀਦ ਕੇ ਲਾ ਸਕਾਂ, ਥੋੜ੍ਹੀਆਂ ਸੀ ਕਿਤਾਬਾਂ। ਤਾਂ ਮੈਂ ਇੱਕ ਦਿੱਲੀ ਸੀਗਾ, ਦਿੱਲੀ ਮਤਲਬ ਉਹਨਾਂ ਨਾਲ ਡੀਲ ਕੀਤੀ ਬੰਦਿਆਂ ਨਾਲ ਦਿੱਲੀ ਵਾਲਿਆਂ ਨਾਲ ਵੀ ਮੈਂ ਤੁਹਾਡੀਆਂ ਦੋ ਮੇਲੇ ਆਏ ਇਕੱਠੇ ਹੀ, ਇੱਕ ਚੰਡੀਗੜ੍ਹ, ਇੱਕ ਅੰਮ੍ਰਿਤਸਰ ਖਾਲਸਾ ਕਾਲਜ। ਤਾਂ ਮੈਂ ਕੀ ਕੀਤਾ ਵੀ ਉੱਥੇ ਸਟਾਲ ਲਾਈ, ਉਹਨਾਂ ਨਾਲ ਡੀਲ ਕੀਤੀ ਕਿ ਮੈਂ ਤੁਹਾਡੀ ਚੰਡੀਗੜ੍ਹ ਸਟਾਲ ਲਾ ਦਿੰਦਾ ਜਿੰਨੀ ਕਮਾਈ ਹੋਈ ਉੱਥੋਂ, ਅਤੇ ਉਹਦੀਆਂ ਮੈਨੂੰ ਉਹ ਪੈਸਿਆਂ ਦੀਆਂ ਮੈਨੂੰ ਤੁਸੀਂ ਕਿਤਾਬਾਂ ਦੇ ਦਿਓ ਤਾਂ ਜੋ ਮੈਂ ਅੰਮ੍ਰਿਤਸਰ ਲਾ ਸਕਾਂ। ਉਹ ਕਿਵੇਂ ਨਾ ਕਿਵੇਂ ਪਹਿਲਾਂ ਮੰਨੇ ਨਾ, ਚਲੋ ਬਾਅਦ 'ਚ ਮਨਾ ਲਏ। ਉੱਥੋਂ ਮੈਂ ਕਮਾਈ ਕੀਤੀ ਆਪਦੀ, ਜਿਹੜੀ ਉੱਥੋਂ ਕਮਾਈ ਕੀਤੀ ਉਹਦੀਆਂ ਸਾਰੀਆਂ ਦੀਆਂ ਕਿਤਾਬਾਂ ਖਰੀਦ ਲਈਆਂ। ਉਹਦੀਆਂ ਕਿਤਾਬਾਂ ਮੈਂ ਲਾਈਆਂ ਖਾਲਸਾ ਕਾਲਜ, ਖਾਲਸਾ ਕਾਲਜ ਪਹਿਲੀ ਵਾਰੀ ਮੇਲਾ ਹੋ ਰਿਹਾ ਸੀ ਕਿਤਾਬਾਂ ਦਾ, ਅਤੇ ਸਾਡੇ ਯੂਨੀਵਰਸਿਟੀ ਵਾਲੇ ਬਜ਼ੁਰਗ ਨੇ ਬਾਬਾ ਜੀ ਹੋਰੀ ਗੁਰਜੰਟ ਜੀ ਹੋਰੀ ਜਿਹੜੇ ਸੇਵਾ ਕਰਦੇ ਨੇ ਇੱਥੇ ਸਰਵਿਸ, ਤਾਂ ਉਹ ਕੀ ਕਰਦੇ ਨੇ, ਉਹਨਾਂ ਦਾ ਅੰਮ੍ਰਿਤ ਛਕਿਆ ਅਤੇ ਉਹ ਸਵੇਰੇ ਅਸੀਂ ਪਰੌਠਾ ਛਕ ਕੇ ਜਦੋਂ ਜਾਣ ਲੱਗੇ ਤਾਂ ਮੈਨੂੰ ਕਹਿੰਦੇ ਵੀ ਅਸੀਂ ਮੈਂ ਉਹਨਾਂ ਨਾਲ ਹੀ ਤੁਰਿਆ ਆਉਂਦਾ ਸੀ, ਅਤੇ ਮੈਨੂੰ ਕਹਿੰਦੇ ਵੀ ਮੱਥਾ ਟੇਕ ਚੱਲ ਗਏ ਸ਼ਾਹ ਆ ਜਾ। ਅਤੇ ਕਦੇ ਮੈਂ ਮੱਥਾ ਮਤਲਬ ਇੱਦਾਂ ਨਹੀਂ ਟੇਕਿਆ ਸੀ ਵੀ ਪ੍ਰੋਪਰ ਵੀ ਮੱਥਾ ਟੇਕੀ ਆਪਾਂ, ਹੁਣ ਵੀ ਮੇਰਾ ਇੱਦਾਂ ਹੀ ਸੁਭਾਅ, ਗੁਰੂ ਘਰ ਜਾਣਾ ਸੇਵਾ ਕਰਿਆ ਆਉਣਾ, ਪਰ ਕਦੇ ਮੱਥਾ ਨਹੀਂ ਇੰਨਾ ਵੀ ਐਂ ਨਹੀਂ ਵੀ ਮੱਥਾ ਟੇਕਣੇ ਟੇਕਣ ਨੁਕਸਾਨ ਹੋ ਜੂ ਮੱਥਾ ਜੇ ਨਾ ਟੇਕਿਆ ਤਾਂ। ਅਤੇ ਉਹ ਮੈਨੂੰ ਬਾਬੇ ਹੋਰੀ ਕਹਿੰਦੇ ਮੱਥਾ ਟੇਕੋ, ਅਤੇ ਮੈਂ ਮੱਥਾ ਟੇਕਿਆ, ਅਤੇ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣ ਤੋਂ ਬਾਅਦ ਆਪਣੇ ਮਨ 'ਚ ਹੀ ਸੋਚਿਆ ਵੀ ਮੈਂ ਪਰਮਾਤਮਾ ਅੱਜ 25,000 ਦੀ ਸੇਲ ਕਰਾ ਦੀ। ਆਪਦਿਆਂ ਨੇ ਵੀ ਬਹੁਤ ਵੱਧ ਮੰਗੀ, ਮੈਂ ਵਾਹਿਗੁਰੂ ਵੀ 25,000 ਦੀ ਸੇਲ ਹੋ ਜੇ, ਅਤੇ ਮੈਂ ਦੇਖਦੇ ਹਾਂ ਵੀ ਹੋਊ ਕਿ ਨਾ, ਵੀ ਮੰਨ ਕੇ ਦੇਖਦੇ ਹਾਂ ਕਰਕੇ ਤਜਰਬਾ ਹੈ। ਜਦੋਂ ਅਸੀਂ ਆਏ ਉਦੋਂ ਬਾਅਦ, ਅਤੇ ਉਸ ਦਿਨ ਤੁਸੀਂ ਮਤਲਬ ਕਰਾਮਾਤ ਵਾਂਗੂ ਹੀ ਆ, ਮੈਂ ਐਂ ਨਹੀਂ ਆਉਂਦਾ ਵੀ ਸ਼ਕਤੀ ਆ ਕੋਈ, ਹੋ ਸਕਦਾ ਵੀ ਇਹ 'ਚ ਤੁਸੀਂ ਲੌਜਿਕ ਵੀ ਜੋੜ ਸਕਦੇ ਹੋ ਜਾਂ ਕੁਛ ਵੀ ਜਿਹੜਾ ਤੁਹਾਨੂੰ ਲੱਗਦਾ, ਹੈ ਨਾ, ਮੰਨਣਾ ਉਹ ਗੱਲ ਵੱਖਰੀ ਗੱਲ ਆ। ਮੈਂ ਉਦੋਂ ਬਾਅਦ ਵੀ ਮੱਥਾ ਟੇਕਦਾ ਪਰ ਉਵੇਂ ਹੀ ਨਹੀਂ ਟੇਕਦਾ ਜਿਵੇਂ ਟੇਕਦਾ ਨਾ। ਉਸ ਦਿਨ ਕੀ ਹੋਇਆ ਕਿ ਮੈਂ ਸਾਰੇ ਦਿਨ ਮਤਲਬ ਅਸੀਂ ਮੈਂ ਆਪਦੀ ਮਿਹਨਤ ਵੀ ਕੀਤੀ, ਹੈ ਨਾ, ਤੰਦਰੁਸਤ ਵੀ ਰਿਹਾ, ਅਤੇ ਕੀ ਹੋਇਆ
ਜਮ੍ਹਾਂ ਨੈੱਟ 25,000 ਦੀ ਸੇਲ ਹੋਈ ਉਸ ਦਿਨ, ਯੂਨੀਵਰਸਿਟੀ ਦੀ ਉਸ ਦਿਨ ਸੇਲ ਹੋਈ ਹੋਊਗੀ ਕੋਈ 30,000-40,000, ਕਿਉਂਕਿ ਉਹਨਾਂ ਦੀ ਸਟਾਲ ਵੱਡੀ ਸੀਗੀ, ਬਾਕੀ ਕਿਸੇ ਦੀ ਸੇਲ ਨਹੀਂ ਹੋਈ। ਮਤਲਬ ਪਹਿਲਾ ਮੇਲਾ ਸੀ ਖਾਲਸਾ ਕਾਲਜ, ਬਾਕੀ ਸਾਰਿਆਂ ਸਟਾਲਾਂ ਦੀ ਕਿਸੇ ਦੀ 1,000 ਹੋਈ, ਕਿਸੇ 2,000 ਹੋਈ, ਕਿਸੇ ਦੀ 3,000 ਹੋਈ, ਕਿਸੇ ਦੀ 700 ਹੀ ਹੋਈ। ਮਤਲਬ ਸਾਰਿਆਂ ਨੂੰ ਸਾਨੂੰ ਪਤਾ ਲੱਗ ਗਿਆ ਹੁੰਦਾ ਸ਼ਾਮ 'ਚ। ਮੈਂ ਕਿਸੇ ਨੂੰ ਦੱਸਾਂ ਨਾ ਉਹਦੇ ਵੀ ਮੇਰੇ ਨਾਲ ਤਾਂ ਇੱਦਾਂ ਹੋਈ, 25,000 ਦੀ ਨੈੱਟ ਸੇਲ ਜਮ੍ਹਾਂ ਸਹੀ ਹੋਈ ਹੈ ਨਾ। ਅਤੇ ਮੈਂ ਰਾ ਮੱਥਾ ਟਣਕਿਆ, ਮੈਂ ਕਿਹਾ ਵੀ ਆਪਾਂ ਤਾਂ ਵੀ ਚੈਲੇਂਜ ਕਰ ਬੈਠੇ ਨਾ ਵੀ ਪਰਮਾਤਮਾ ਨੂੰ। ਅਤੇ ਭਾਈ ਮੈਂ ਆਖਿਆ ਵੀ ਕੰਮ ਚਲੋ, ਮੈਂ ਕਿਹਾ ਵੀ ਮੈਂ ਕਿਹਾ ਕੁਦਰਤੀ ਹੋ ਗਈ ਆਪਾਂ ਨੂੰ ਫਿਰ ਵੀ ਨਹੀਂ ਉੱਦਾਂ। ਮੈਂ ਵੀ ਚੱਲ ਇਹ ਤਾਂ ਹੋਣੀ ਸੀ, ਮੇਰੀ ਮਿਹਨਤ ਸੀਗੀ। ਅਗਲੇ ਦਿਨ ਅਸੀਂ ਫਿਰ ਆਉਣ ਲੱਗੇ ਅਤੇ ਵਾ ਉਹਨਾਂ ਨਾਲ ਹੀ ਮੈਂ ਜਦੋਂ ਆਉਣਾ ਸੀ ਮੱਥਾ ਟੇਕਣ ਗਿਆ, ਮੈਂ ਵੀ ਟੇਕ ਗਿਆ। ਮੈਂ ਉਹਨੂੰ ਆਖਿਆ ਵੀ ਅੱਜ ਬਾਬਾ ਫਿਰ 25,000 ਦੀ ਹੋਵੇ। ਅਗਲੇ ਦਿਨ ਫਿਰ 25,000 ਦੀ ਉਹੀ ਸੇਲ, ਠੀਕ ਆ। ਉਦੋਂ ਬਾਅਦ ਫਿਰ ਮੈਂ ਫਿਰ ਤੀਜੇ ਦਿਨ ਮੈਂ ਕੁਛ ਕਿਹਾ ਨਹੀਂ ਬਾਬੇ ਨੂੰ ਵੀ। ਉਦੋਂ ਬਾਅਦ ਫਿਰ 23,000 ਦੀ ਹੋਈ ਹੈ ਨਾ, ਫਿਰ 30,000 ਦੀ ਹੋਈ। ਕਿਸੇ ਦੀ ਉਹਨਾਂ ਉਸ ਮੇਲੇ 'ਚ ਕਿਸੇ ਨੇ 1,00,000 ਤੋਂ ਮਤਲਬ ਕਿਸੇ ਨੇ ਵੱਧ ਕਮਾਈ ਨਹੀਂ ਕੀਤੀ, ਕਿਸੇ ਨੇ 50 ਤੋਂ ਨੀਚੇ ਨੀਚੀ ਰਹੇ ਸਾਰੀ। ਮੇਰੀ ਸਾਰੀ ਸੇਲ ਮੇਰੀ ਵੱਧ ਸੀ ਉਹਨਾਂ ਨਾਲ। ਮੈਂ ਉਹ ਮਤਲਬ ਕਰਾਮਾਤ ਵਾਂਗੂ ਸਮਝਿਆ ਉਹ ਚੀਜ਼ ਮੇਰੇ ਨਾਲ ਵਾਪਰੀ ਜਿਹੜੀ, ਹੈ ਨਾ। ਬਸ ਉਹ ਮੇਲਾ ਸੀ ਜਿਹੜਾ ਮੇਰੇ ਕਿਤਾਬਾਂ ਮੁੱਕ ਗਈਆਂ ਸੀ। ਮਤਲਬ ਪੰਜ ਚਾਰ ਬੈਗ ਜਾਂ 5-7 ਬੈਗ ਜੇ ਰਹਿ ਗਏ ਸੀ ਮੇਰੇ ਥੋੜ੍ਹੇ ਥੋੜ੍ਹੇ ਕਿਤਾਬਾਂ ਦੇ, ਉਹ ਕਿਤਾਬਾਂ ਮੁੱਕ ਗਈਆਂ ਸਾਰੀਆਂ ਉਸ ਮੇਲੇ 'ਚ ਮੇਰੀਆਂ। ਅਤੇ ਮੈਂ ਸ਼ੁਕਰਗੁਜ਼ਾਰ ਕੀਤੀ ਪਰਮਾਤਮਾ ਦੀ, ਹੈ ਨਾ। ਅਤੇ ਫਿਰ ਉਦੋਂ ਬਾਅਦ ਨਹੀਂ ਰੋਕਿਆ ਬਸ ਮੈਂ। ਉਦੋਂ ਬਾਅਦ ਸਾਰੇ ਮੇਲੇ ਵਧੀਆ ਰਹੇ, ਵਧੀਆ ਮਿਹਨਤ ਨਾਲ ਕੰਮ ਕੀਤਾ। ਫਿਰ ਮੈਂ ਹੌਲੀ ਹੌਲੀ ਇਹ ਮਤਲਬ ਦੁਕਾਨ ਪੁੱਛੀ, ਦੁਕਾਨ ਲਿੱਤੀ, ਦੁਕਾਨ ਤੋਂ ਬਾਅਦ ਫਿਰ ਕੰਮ ਵਧੀਆ ਵਧੀਆ ਵੱਧਦਾ ਗਿਆ। ਹੁਣ ਵੀ ਇਸ ਦੌਰ 'ਚ ਜਿਸ ਦੌਰ 'ਚ ਮਤਲਬ ਲੋਕ ਸਿਰਫ ਸਿਲੇਬਸ ਵਾਲੀਆਂ ਕਿਤਾਬਾਂ ਪੜ੍ਹਦੇ ਨੇ, ਹੈ ਨਾ, ਅਤੇ ਮੈਂ ਆਪਦੀ ਮਿਹਨਤ ਨਾਲ ਅਤੇ ਪਰਮਾਤਮਾ ਦਾ ਕੁਦਰਤ ਦੇ ਮਤਲਬ ਹੱਥ ਨਾਲ ਜਾਂ ਉਹਨਾਂ ਦੇ ਸ਼ਕਤੀ ਨਾਲ ਲਾਓ, ਵਧੀਆ ਆਪਣਾ ਕੰਮ ਚੱਲੀ ਜਾਂਦਾ। ਇੱਦਾਂ ਨਹੀਂ ਆ ਵੀ ਕਦੇ ਪੈਸੇ ਪੂਰੇ ਨਹੀਂ ਹੋਏ, ਰੋਜ਼ ਵਧੀਆ ਕੰਮ ਆ ਜਾਂਦਾ ਕਿਤੇ ਨਾ ਕਿਤੋਂ, ਬਾਹਰੋਂ ਅੰਦਰੋਂ ਸਾਰੇ ਕਿਤੋਂ। ਬਾਹਰ ਵਾਲੇ ਭਰਾ ਵਧੀਆ ਹੈਲਪ ਕਰੀ ਜਾਂਦੇ ਆ, ਉਹ ਕਿਤਾਬਾਂ ਮੰਗਾਈ ਜਾਂਦੇ ਆ, ਕੰਮ ਦੇਈ ਜਾਂਦੇ ਆ। ਬਾਕੀ ਸਾਰਾ ਮਸਲਾ ਇਹ ਹੈ ਕਿ ਤੁਹਾਡੀ ਜ਼ੁਬਾਨ ਦਾ ਅਤੇ ਤੁਹਾਡੇ ਕਿਰਤ ਨੂੰ ਤੁਸੀਂ ਕਿਰਤ ਮੰਨ ਕੇ ਚੱਲੋ ਤਾਂ ਸਭ ਕੁਛ ਹੀ ਇਹਦੇ 'ਚ। ਮੇਰੀ ਬੇਨਤੀ ਹੈ ਜੇ ਕੋਈ ਅਧਿਆਪਕ ਦੇਖ ਰਿਹਾ ਤਾਂ ਉਹ ਜ਼ਰੂਰ ਸੁਚੇਤ ਹੋਵੇ। ਹੁਣ ਸਾਰੇ ਕੰਮ ਹੀ ਹੁੰਦੇ ਨੇ ਅਧਿਆਪਕਾਂ ਕੋਲ, ਵੈਸੇ ਬਹਾਨੇ ਬਹੁਤ ਹੁੰਦੇ ਨੇ, ਸਾਡਾ ਵਾਹ ਬਹੁਤ ਪੈਂਦਾ ਰਹਿੰਦਾ ਉਹਨਾਂ ਨਾਲ, ਹੈ ਨਾ। ਪਰ ਸਾਰਾ ਕੁਛ ਹੀ ਹੁੰਦਾ, ਇਹ ਹੋਣਾ ਹੀ ਆ। ਤੁਹਾਨੂੰ ਕਲਰਕੀ ਦਾ ਕੰਮ ਵੀ ਦੇਣਗੇ, ਤੁਹਾਨੂੰ ਪਿੰਡਾਂ 'ਚ ਵੀ ਭੇਜਣਗੇ, ਤੁਹਾਨੂੰ ਰਜਿਸਟਰਾਂ ਦਾ ਕੰਮ ਵੀ ਦੇਣਗੇ, ਹੋਣਾ ਹੀ ਆ। ਪਰ ਜਿਹੜਾ ਤੁਹਾਡਾ ਕੰਮ ਆ ਉਹ ਆ ਪੜ੍ਹਾਉਣਾ, ਕਿਵੇਂ ਨਾ ਕਿਵੇਂ ਉਹ ਕੱਢਣਾ ਹੀ ਪੈਣਾ ਤੁਹਾਨੂੰ ਯਾਰ। ਜੇ ਆਪਾਂ ਇਹ ਮੰਨ ਕੇ ਇਹ ਮੰਨਿਆ ਆਪਾਂ ਨੂੰ ਪਤਾ ਵੀ ਕਿਹੜੇ ਦੇਸ਼ 'ਚ ਆਪਾਂ ਰਹਿ ਰਹੇ ਹਾਂ, ਹੈ ਨਾ। ਜੇ ਆਪਾਂ ਦੋਸ਼ ਦੇਈ ਜਾਈਏ ਤਾਂ ਉਹਦਾ ਤਾਂ ਕੋਈ ਹੱਲ ਨਹੀਂ ਹੈ ਤਾਂ। ਪਰ ਤੁਹਾਨੂੰ ਪੜ੍ਹਾਉਣਾ, ਕੰਮ ਜਿੱਥੋਂ ਮਰਜ਼ੀ ਕੱਢੋ, ਪੜ੍ਹਾਉਣਾ ਤਾਂ ਤੁਹਾਨੂੰ ਪੈਣਾ ਹੀ ਹੈ। ਅਤੇ ਜੇ ਤੁਸੀਂ ਪੜ੍ਹਾਓਗੇ ਤਾਂ ਉਹੀ ਤੁਹਾਡੀ ਕਿਰਤ ਆ ਅਸਲ 'ਚ। ਜਿਹੜੇ ਬਾਕੀ ਕੰਮ ਗੌਰਮੈਂਟ ਨੇ ਤਾਂ ਤੰਗ ਕਰਨਾ ਹੀ ਆ, ਉਹਨਾਂ ਨੇ ਤਾਂ ਕੰਮ ਇੱਧਰ ਦੇਣਾ ਹੀ ਆ, ਹੈ ਨਾ। ਪਰ ਪੜ੍ਹਾਉਣਾ ਅਧਿਆਪਕ 'ਤੇ ਹੀ ਆ। ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਜੇ ਕੋਈ ਸੁਣ ਰਿਹਾ ਤਾਂ ਅਧਿਆਪਕ, ਅਤੇ ਅਧਿਆਪਕ ਹੀ ਆ। ਜੇ ਮੈਨੂੰ ਮੈਂ ਕਿਤਾਬਾਂ ਪੜ੍ਹੀਆਂ ਆਪਦੀ ਜ਼ਿੰਦਗੀ 'ਚ, 9ਵੀਂ 8ਵੀਂ ਕਲਾਸ ਤੋਂ ਤਾਂ ਮੈਨੂੰ ਅਧਿਆਪਕ ਨਹੀਂ ਪੜ੍ਹਨ ਲੱਗੀਆਂ, ਮੈਂ ਤੁਹਾਨੂੰ ਕਹਿ ਦਾਂ, ਹੈ ਨਾ, ਵੀ ਮੈਂ ਕਿਤਾਬਾਂ ਪੜ੍ਹਨ ਲੱਗ ਗਿਆ ਸੀ, ਆਪ ਹੀ ਇੱਦਾਂ ਕੀਤਾ, ਇੱਦਾਂ ਤਾਂ ਕੁਛ ਨਹੀਂ। ਅਧਿਆਪਕ ਹੀ ਇੱਕ ਅਜਿਹਾ ਹੈਗਾ ਜਿਹੜਾ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਾ ਸਕਦਾ। ਬਾਕੀ ਜਿਹੜੇ ਮਾਤਾ ਪਿਤਾ ਨੇ ਜਾਂ ਘਰ ਦੇ ਜਾਂ ਬੱਚੇ ਨੇ ਜਾਂ ਕੋਈ ਵੀ ਨੇ, ਉਹ ਇੱਕ ਚੀਜ਼ ਆ ਬਸ ਜਿਹੜੀ ਤੁਹਾਨੂੰ ਪੜ੍ਹਨ ਲਾ ਸਕਦੀ ਆ, ਉਹ ਤੁਹਾਡੀਆਂ ਲੋਕ ਬਾਤਾਂ। ਕੁਛ ਨਾ ਪੜ੍ਹੋ, ਕੋਈ ਸਾਹਿਤ ਨਾ ਪੜ੍ਹੋ, ਚੱਲ ਜੂਗਾ, ਕੋਈ ਚੱਕਰ ਵਾਲੀ ਗੱਲ ਨਹੀਂ ਆ। ਤੁਸੀਂ ਕਿਸੇ, ਮੈਂ ਹੁਣ ਖਾਸ ਲੇਖਕ ਦੀ ਕਿਤਾਬ ਦੱਸਦਾ, ਕਿਸੇ ਖਾਸ ਵੱਡੇ ਬੰਦੇ ਦੀ ਕਿਤਾਬ ਦੱਸਦਾ ਜਾਂ ਕੋਈ ਹੋਰ ਖਾਸ ਕਿਤਾਬ ਦੱਸਦਾ, ਉਹਦੇ ਨਾਲੋਂ ਤੁਸੀਂ ਲੋਕ ਬਾਤਾਂ ਪੜ੍ਹ ਲਓ। ਬਸ ਲੋਕ ਬਾਤਾਂ ਸੁਣਾ ਲਓ, ਲੋਕ ਬਾਤਾਂ ਸੁਣ ਲਓ, ਲੋਕ ਬਾਤਾਂ ਜੇ ਪੜ੍ਹ ਲਉਂਗੇ ਤਾਂ ਬਸ ਉਹਦੇ ਵਰਗਾ ਨਜ਼ਾਰਾ ਕਿਤੇ ਨਹੀਂ ਆ। ਉਹੀ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਤੁਹਾਨੂੰ ਸਾਰੀ ਜ਼ਿੰਦਗੀ ਅਤੇ ਜ਼ਿੰਦਗੀ ਤੋਂ ਬਾਅਦ ਵੀ ਕੰਮ ਆਊਗੀ, ਜ਼ਿੰਦਗੀ ਤੋਂ ਬਾਅਦ ਮਤਲਬ ਉਹਨਾਂ ਦੇ ਬੱਚਿਆਂ ਦੇ ਕੰਮ ਆਊਗੀ। ਤਾਂ ਲੋਕ ਬਾਤਾਂ ਤੁਸੀਂ, ਮੈਂ, ਹੈ ਨਾ, ਤੁਸੀਂ ਮੈਥੋਂ ਥੋੜ੍ਹੇ ਜਿਹੇ ਵੱਡੇ ਲੱਗਦੇ ਹੋ ਨਾ, ਤੁਸੀਂ ਵੀ ਬਹੁਤ ਬਾਤਾਂ ਸੁਣੀਆਂ ਹੋਣੀਆਂ ਤੁਹਾਡੇ 'ਚ ਵੀ। ਜੇ ਮੈਂ ਹੁਣ ਕੋਈ ਬਾਤ ਸ਼ੁਰੂ ਕਰਦਾ, ਚਿੜੀ ਕਾਂ ਵਾਲੀ ਸ਼ੁਰੂ ਕਰਦਾ, ਇੱਕ ਸੀ ਚਿੜੀ ਇੱਕ ਸੀ ਕਾਂ, ਹੈ ਨਾ, ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ, ਉਹ ਯਾਦ ਆ ਜਾਂਦਾ ਸਮਾਂ ਤੁਹਾਨੂੰ ਉੱਥੇ ਲਿਜਾਊਗੀ ਜਦੋਂ ਤੁਸੀਂ ਪਹਿਲੀ ਵਾਰੀ ਸੁਣੀ ਸੀ, ਜਦੋਂ ਤੁਹਾਨੂੰ ਪਹਿਲੀ ਵਾਰੀ ਸੁਣਾਈ ਸੀ। ਤਾਂ ਕਿਰਪਾ ਕਰਕੇ ਮੈਂ ਇਹੀ ਕਹੂੰਗਾ ਕਿ ਕੁਛ ਵੀ ਪੜ੍ਹਾਓ, ਕਿਤਾਬਾਂ ਨਾਲ ਜੋੜੋ ਨਾ ਜੋੜੋ, ਚੱਲ ਮਨ ਲੈ ਕੇ ਬਹੁਤੇ ਬੰਦੇ ਕਹਿੰਦਾ ਇੰਨਾ ਟਾਈਮ ਕਿੱਥੇ ਆ ਯਾਰ, ਜੋਬ ਲੱਗਿਆ ਬੰਦਾ ਜਿਹੜਾ ਉਹ ਕਹਿੰਦਾ ਇੰਨਾ ਟਾਈਮ ਕਿੱਥੇ ਆ ਯਾਰ, ਹੋਰ ਕੰਮ ਬਹੁਤ ਆ, ਇਹ ਤਾਂ ਗੱਲਾਂ ਐਵੇਂ ਸੋ ਹੋਰ। ਪਰ ਬਾਤਾਂ ਜ਼ਰੂਰ ਪੜ੍ਹੋ, ਜਿਹੜੀਆਂ ਪੰਜਾਬ ਦੀਆਂ ਲੋਕ ਬਾਤਾਂ, ਉਹਦੀਆਂ ਬਹੁਤ ਸਾਰੀਆਂ ਕਿਤਾਬਾਂ ਹੈਗੀਆਂ, ਪੰਜਾਬ ਦੀਆਂ ਸੋਹਣੇ, ਪੰਜਾਬ ਦੀਆਂ ਸੋਹਣੀਆਂ ਬਾਤਾਂ, ਪੰਜਾਬ ਦੀਆਂ, ਦੇਸ਼ ਪੰਜਾਬ ਦੀਆਂ ਬਾਤਾਂ, ਵਣਜਾਰਾ ਬੇਦੀ ਦੀਆਂ ਬਾਤਾਂ, ਮੁੱਢ ਕਦੀਮ ਦੀਆਂ ਕਿਤਾਬ ਹੈਗੀ ਆ। ਤਾਂ ਇਹ ਕਿਤਾਬਾਂ ਜ਼ਰੂਰ ਪੜ੍ਹੋ। ਸਿਰਜਣਾ ਹੀ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਨਾਲ ਆਪਾਂ ਉਹਦਾ ਸਭ ਕੁਛ ਬਚਾ ਸਕਦੇ ਹਾਂ।
ਲੋਕ ਬਾਤਾਂ ਵੀ ਬਚਾ ਸਕਦੇ ਹਾਂ, ਆਪਾਂ ਆਪਦਾ ਪੰਜਾਬੀ ਸੁਭਾਅ ਵੀ ਬਚਾ ਸਕਦੇ ਹਾਂ, ਆਪਾਂ ਆਪਦੀ ਆਪਦਾ ਇੱਕ ਜਿਹੜਾ ਆਪਣਾ ਪੰਜਾਬੀ ਦੇਖ ਕੇ ਜਿਹਨੂੰ ਕਹਿ ਜਾਂਦਾ ਵੀ ਆਹ ਪੰਜਾਬੀ ਬੰਦਾ, ਉਹ ਵੀ ਬਚਾ ਸਕਦੇ ਹਾਂ। ਉਹਦੇ 'ਚ ਬਸ ਸਿਰਜਣਾ ਹੀ ਹੈ, ਆਪਾਂ ਨੂੰ ਸਿਰਜਣਾ ਕਰਨੀ ਹੈ ਪੈਣੀ ਹੈ। ਭਾਵੇਂ ਉਹ ਕੁੜਤਾ ਪਜਾਮਾ ਬਣਾ ਕੇ ਆ, ਭਾਵੇਂ ਟੀ ਸ਼ਰਟ ਬਣਾ ਕੇ ਆ, ਭਾਵੇਂ ਮੋਬਾਈਲ ਬਣਾ ਕੇ ਆ, ਹੈ ਨਾ, ਭਾਵੇਂ ਜਿਵੇਂ ਦੀ ਮਰਜ਼ੀ ਆ, ਕਿਉਂਕਿ ਸਿਰਜਣਾ ਕੀਤੀ ਚੀਜ਼ ਹੀ ਇਹੋ ਜਿਹੀ ਆ ਜਿਹਦੇ ਨਾਲ ਆਪਾਂ ਨੂੰ ਨੁਕਸਾਨ ਨਹੀਂ ਹੁੰਦਾ। ਮੇਰੀ ਮੱਤ ਆ ਇਹ, ਮੈਂ ਇਹ ਸਮਝਦਾ, ਮੈਨੂੰ ਨਹੀਂ ਪਤਾ ਵੀ ਦੁਨੀਆ ਕੀ ਸਮਝਦੀ ਹੈ, ਪਰ ਮੈਨੂੰ ਇਹ ਲੱਗਦਾ ਵੀ ਸਿਰਜਣਾ ਹੀ ਆ, ਸਿਰਜਣਾ ਹੀ ਕੀਤੀ ਹੈ। ਗੁਰੂਆਂ ਨੇ ਵੀ ਆਪਣਿਆਂ ਨੇ ਸਿਰਜਣਾ ਕੀਤੀ ਹੈ, ਤਾਂ ਹੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਹੁਣ ਦਿੱਤਾ, ਹੈ ਨਾ, ਉਹਨਾਂ ਦੀ ਸਿਰਜਣਾ ਕੀਤੀ ਹੈ, ਤਾਂ ਆਪਾਂ ਨੂੰ ਹੁਣ ਅੱਜ ਗੁਰੂ ਦੇ ਕੇ ਗਏ ਆ, ਹੈ ਨਾ, ਜਿਹੜਾ ਇਤਿਹਾਸ ਦੇ ਕੇ ਗਿਆ ਉਹ ਸਿਰਜਕ ਹੀ ਦੇ ਕੇ ਗਏ ਆ, ਹੈ ਨਾ। ਆਪਾਂ ਕਹਿ ਦਿੰਦੇ ਹਾਂ ਵੀ ਪਰਿਵਾਰ ਵਾਰਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਹੈ ਨਾ, ਤਾਂ ਉਹ ਵਾਰ ਕੇ ਗਏ ਆ, ਆਪਾਂ ਤਾਂ ਕਹਿੰਦੇ ਹਾਂ, ਹੈ ਨਾ। ਤਾਂ ਉਹ ਚੀਜ਼ ਆਪਾਂ ਨੂੰ, ਮਤਲਬ ਆਪਾਂ ਨੂੰ ਸਿੱਖਣਾ ਚਾਹੀਦਾ ਉਹਨਾਂ ਤੋਂ ਵੀ ਉਹ ਆਪਣਾ ਮਤਲਬ ਉਹ ਸਾਰਾ ਆਪਦਾ ਜਿਹੜਾ ਜਿਹਨੂੰ ਨਿੱਜ ਕਹਿ ਦਿੰਦੇ, ਜਿਹਨੂੰ ਮੈਂ ਕਹਿ ਦਿੰਦਾ ਵੀ ਯਾਰ ਇਹ ਤਾਂ ਮੇਰਾ ਗਾ, ਇਹ ਮੈਂ ਹਾਂ, ਜਾਂ ਤਾਂ ਵੀ ਮੈਂ ਨਹੀਂ ਕਹਿੰਦਾ ਵੀ ਮੈਂ ਚੀਜ਼ਾਂ ਸਾਰੀਆਂ ਅਕਸੈਪਟ ਕਰਦਾ ਇਹ ਜਾਂ ਵਰਤਦਾ ਆਪਦੀ ਲਾਈਫ 'ਚ। ਬਹੁਤ ਸਾਰਾ ਦੇਖਣਾ ਪੈਂਦਾ, ਹੈ ਨਾ, ਚੀਜ਼ਾਂ ਕਰਨੀਆਂ ਪੈਂਦੀਆਂ, ਪਰ ਕਿਤੇ ਨਾ ਕਿਤੇ ਜਦੋਂ ਤੁਸੀਂ ਆਪਦੀ ਕਿਰਤ ਨਾਲ ਜੁੜਦੇ ਹੋ ਤਾਂ ਉਹਨੂੰ ਇਮਾਨਦਾਰੀ ਨਾਲ ਨਿਭਾਓ, ਉਹਦੇ 'ਚ ਸਿਰਜਣਾ ਕਰੋ। ਅੱਜ ਦੇ ਸਮੇਂ 'ਚ ਜਿੱਥੇ ਜੋ ਵੀ ਸਿਰਜਣ, ਜਿਵੇਂ ਤੁਸੀਂ ਵੀਡੀਓ ਬਣਾਓਗੇ, ਤੁਸੀਂ ਬਾਕੀਆਂ ਨਾਲੋਂ ਵੱਖਰਾ ਕੀ ਸਿਰਜੋਗੇ, ਉਹ ਤੁਹਾਨੂੰ ਕਿਤੇ ਵੱਖ ਲੈ ਕੇ ਜਾਊਗੀ। ਦੂਜਿਆਂ ਦਾ ਹੀ ਕਰੀ ਕਰ, ਜਿਵੇਂ ਦੂਜੇ ਦਾ ਚੱਕ ਕੇ ਉਹ ਕਰੀ ਜਾਊਂਗੇ, ਤਾਂ ਪਰ ਸਾਰਿਆਂ ਵਰਗੇ ਸੇਮ ਹੋ ਜਾਊਂਗੇ। ਤਾਂ ਮੇਰੇ ਹਿਸਾਬ ਦੇ ਨਾਲ ਸਿਰਜਣਾ ਹੀ ਆ ਕਿਸੇ ਵੀ ਕਿੱਤੇ 'ਚ, ਜੇ ਆਪਾਂ ਆਪਦੀ ਬੋਲੀ ਨੂੰ ਬਚਾ ਕੇ ਰੱਖਣਾ, ਲੜ ਲੜਾ ਕੇ ਨਹੀਂ ਵੀ ਗੁਰਦਾਸ ਮਾਨ ਨੇ ਉਹ ਕਹਿਤਾ ਅਤੇ ਇਹਨੇ ਇਹ ਕਹਿਤਾ, ਗੁਰਦਾਸ ਮਾਨ ਘਟੀਆ ਜਾਂ ਇਹ ਘਟੀਆ, ਹੈ ਨਾ, ਇਵੇਂ ਨਹੀਂ। ਉਹ ਯਾਰ ਉਹਦਾ ਮਸਲਿਆਂ 'ਚ ਪਊ ਹੀ ਨਾ, ਤੁਸੀਂ ਆਪਦੀ ਕਿਰਤ ਨਾਲ, ਉਹ ਆਪਦੀ ਥਾਂ 'ਤੇ ਜੇ ਗੁਰਦਾਸ ਮਾਨ ਨੇ ਗਲਤੀ ਕੀਤੀ, ਉਹਨੂੰ ਆਪੇ ਅਹਿਸਾਸ ਹੋਊ, ਆਪਾਂ ਕੀ ਲੈਣਾ ਇਸ ਮਸਲੇ ਤੋਂ, ਹੈ ਨਾ, ਇਹ ਚੀਜ਼ 'ਚ ਪਊ ਹੀ ਨਾ। ਬਸ ਤੁਸੀਂ ਦੇਖੋ ਤੁਸੀਂ ਕੀ ਕਰਦੇ ਹੋ ਭਾਸ਼ਾ ਲਈ, ਜੇ ਆਪਾਂ ਮੰਨ ਕੇ ਚਲੋ ਆਪਾਂ ਗੁਰਦਾਸ ਮਾਨ ਨੂੰ ਕਹਿ ਦਈਏ ਵੀ ਯਾਰ ਗੁਰਦਾਸ ਮਾਨ ਨੇ ਐਂ ਕੀਤਾ, ਉਹਨੇ ਜੋ ਕਰਤਾ ਉਹਨੂੰ ਪਤਾ ਲੱਗ ਗਿਆ ਉਹਦੀ ਜ਼ਮੀਰ ਨੂੰ, ਨਾ ਵੀ ਗਲਤ ਕੀਤਾ ਮੈਂ, ਪਰ ਤੁਸੀਂ ਕੀ ਕਰ ਰਹੇ ਹੋ, ਆਪਣੇ ਮੰਨੀ ਦੇਖੋ ਨਾ, ਮੈਂ ਕੀ ਕਰ ਰਿਹਾ ਆਪਦੀ ਭਾਸ਼ਾ ਲਈ, ਮੈਂ ਤਾਂ ਕੌਣ, ਮੇਰੇ ਸਾਰੇ ਜਣੇ ਦੇ ਜਵਾਕ ਕੌਣਮੈਂਟ ਸਕੂਲਾਂ 'ਚ ਲੱਗੇ ਹੋਣਗੇ ਅਤੇ ਉਹਨਾਂ 'ਚ ਲੱਗੇ ਹੋਣਗੇ ਜਿੰਨਾ ਚੰਗੇ ਪੰਜਾਬੀ ਬੋਲਣ 'ਤੇ ਜੁਰਮਾਨਾ ਲੱਗਦਾ, ਉਹਨਾਂ ਸਕੂਲਾਂ 'ਚ ਹੀ ਲਾਏ ਹੋਣੇ ਆ ਸਾਰਿਆਂ ਨੇ, ਪਰ ਫਿਰ ਵੀ ਆਪਣੇ ਲੋਕ ਆ, ਗੁਰਦਾਸ ਮਾਨ ਵੀ ਆਪਣਾ, ਲੋਕ ਵੀ ਆਪਣੇ, ਸਾਰੇ ਆਪਣੇ ਹੀ ਆ। ਅਤੇ ਇਹਦਾ ਹੱਲ ਇਹੀ ਹੋ ਕਿ ਆਪਾਂ ਆਪਦੀ ਸਿਰਜਣਾ ਕਰੀਏ ਸਾਰੇ ਰਲ ਕੇ, ਹੈ ਨਾ, ਅਤੇ ਉਹੀ ਉਹੀ ਬਚਾ ਸਕਦੀ ਆਪਾਂ ਨੂੰ। ਅਸਲ ਦੇ ਵਿੱਚ ਹੁਣ ਜਦੋਂ ਜੇ ਆਪਾਂ ਸੋਸ਼ਲ ਮੀਡੀਆ ਦਾ ਦੌਰ ਦੇਖਦੇ ਹਾਂ ਜਾਂ ਸੋਸ਼ਲ ਮੀਡੀਆ ਨੂੰ ਦੇਖਣਾ, ਮੈਂ ਹਮੇਸ਼ਾ ਸੋਸ਼ਲ ਮੀਡੀਆ ਨੂੰ ਇਵੇਂ ਹੀ ਲੈਂਦਾ, ਮੈਂ ਹਮੇਸ਼ਾ ਕੋਈ ਰੀਲ ਆ ਜਾਂ ਕੋਈ ਵੀਡੀਓ ਕਲਿੱਪ ਆ ਜਾਂ ਕੋਈ ਪੋਸਟਰ ਆ, ਮੈਂ ਉਹਨੂੰ ਇੱਦਾਂ ਹਮੇਸ਼ਾ ਇੱਦਾਂ ਹੀ ਸੋਚਿਆ ਕਿ ਉਹਨੂੰ ਕਿਤਾਬਾਂ 'ਚ ਕਿਵੇਂ ਕਨਵਰਟ ਕਰਨਾ, ਉਹ ਕਿਤਾਬਾਂ ਵਾਲੇ ਉਦੋਂ ਕਿਤਾਬਾਂ ਦਾ ਕੰਮ ਕਿਵੇਂ ਲੈਣਾ, ਮੈਨੂੰ ਇਹ ਹੁੰਦਾ ਕਿ ਰੀਲ ਨੂੰ ਵੀ ਕਿਤਾਬਾਂ ਵਾਲੀ ਰੀਲ ਬਣਾ ਕੇ ਪਾਈਏ ਆਪਾਂ। ਇਹ ਤਾਂ ਹੁਣ ਗੱਲ ਕਹਿਣੀ ਨਹੀਂ, ਮਤਲਬ ਔਖੀ ਆ ਗੱਲ ਕਿ ਮੈਂ ਇਹ ਕਹਾਂ ਕਿ ਸੋਸ਼ਲ ਮੀਡੀਆ ਵਰਤਣਾ ਛੱਡ ਦਿਉ ਜਾਂ ਇਹ ਖਤਰਨਾਕ ਆ, ਉਹਦੇ ਆਪਣੇ ਆਪਣੇ ਲਾਭ ਵੀ ਨੇ, ਆਪਣੀਆਂ ਆਪਣੀਆਂ ਹਾਨੀਆਂ ਵੀ ਆ। ਪਰ ਮੈਂ ਤਾਂ ਜੇ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਹਰ ਇੱਕ ਨੂੰ ਜਿਹੜੀ ਵੀ ਚੀਜ਼ ਵਰਤਦੇ ਪਏ ਸੋਸ਼ਲ ਮੀਡੀਆ 'ਤੇ, ਉਹ ਇਹੀ ਦੇਖੋ ਕਿ ਤੁਹਾਡੀ ਜਿਹੜੀ ਜ਼ਿੰਦਗੀ ਆ ਅਤੇ ਤੁਹਾਡੀ ਜਿਹੜੀ ਕਿਰਤ ਆ ਉਹਦੇ ਨਾਲ ਮੇਲ ਖਾ ਕੇ ਤੁਸੀਂ ਉਹਨੂੰ ਕਿਵੇਂ ਵਧੀਆ ਅਤੇ ਆਉਣ ਵਾਲੇ ਬੱਚਿਆਂ ਲਈ, ਆਉਣ ਵਾਲੇ ਸਮਾਜ ਲਈ ਤੁਸੀਂ ਕੁਛ ਬਿਹਤਰ ਕਰ ਸਕਦੇ ਹੋ। ਮੈਂ ਤਾਂ ਇਹ ਮੰਨ ਕੇ ਚੱਲਦਾ ਪੰਜਾਬ ਵਿੱਚ ਭਵਿੱਖ ਅੱਗੇ ਨਾਲੋਂ ਕਿਤਾਬਾਂ ਦਾ ਜਿਹੜਾ ਹੈਗਾ ਉਹ ਮਤਲਬ ਬਹੁਤ ਬਦਲ ਗਿਆ, ਹੁਣ ਅੱਛਾ ਚੱਲ ਰਿਹਾ, ਹੁਣ ਲੋਕ ਕਿਤਾਬਾਂ ਪੜ੍ਹਨ ਲੱਗੇ ਆ, ਹਰ ਇੱਕ ਬੰਦਾ ਕਿਤਾਬ ਮੰਗਾਉਂਦਾ ਅਤੇ ਕਿਤਾਬ ਮੰਗਾਉਣ ਤੋਂ ਬਾਅਦ ਗੱਲ ਵੀ ਕਰਦਾ ਕਿਤਾਬਾਂ ਬਾਰੇ। ਜਿਹੜਾ ਆਪਣਾ ਕਿਸਾਨੀ ਧਰਨਾ ਲੱਗਿਆ ਸੀ ਉਹਦੇ ਨਾਲ ਬਹੁਤ ਫਰਕ ਪਿਆ ਲੋਕਾਂ ਦੇ ਸੋਚਣ ਸਮਝਣ 'ਚ ਔਰ ਲੋਕਾਂ ਦੀ ਚੋਣ 'ਚ, ਅਤੇ ਬਸ ਕਿਤਾਬਾਂ ਨਾਲ ਵੀ ਬਹੁਤ ਲੋਕ ਜੁੜੇ ਨੇ, ਇਹ ਮੈਂ ਕਹਾਂਗਾ। ਅਤੇ ਆਉਣ ਵਾਲੇ ਸਮੇਂ 'ਚ ਕਿਤਾਬਾਂ ਦਾ ਦੌਰ ਵੱਧਦਾ ਜਾਂਦਾ, ਬਹੁਤ ਇੱਦਾਂ ਕਿ ਸੋਹਣਾ ਕੰਮ ਵੀ ਹੋਣ ਲੱਗ ਗਿਆ ਕਿਤਾਬਾਂ 'ਚ, ਐਵੇਂ ਨਹੀਂ ਹੈ ਵੀ ਮਾੜਾ ਹੀ ਹੋਈ ਜਾਂਦਾ, ਸੋਹਣਾ ਕੰਮ ਆਉਣ ਲੱਗ ਗਿਆ, ਇਤਿਹਾਸਕ ਕਿਤਾਬਾਂ ਹੋਰ ਛਪਣ ਲੱਗ ਗਈਆਂ, ਸੋਹਣੇ ਤਰੀਕੇ ਨਾਲ ਛਪਣ ਲੱਗ ਗਈਆਂ, ਇੱਕ ਥਾਂ ਬਣਾ ਰਹੀਆਂ ਇਹ ਕਿਤਾਬਾਂ। ਨਹੀਂ ਤਾਂ ਇੱਦਾਂ ਪਹਿਲਾਂ ਇੱਦਾਂ ਦਾ ਹੋਣ ਲੱਗ ਗਿਆ ਸੀ ਕਿ ਸਿਲੇਬਸ ਵਾਲੀਆਂ, ਮਤਲਬ ਥੋੜ੍ਹਾ ਸਮਾਂ ਸੀ ਵੀ ਸਿਲੇਬਸ ਵਾਲੀਆਂ ਕਿਤਾਬਾਂ ਪੜ੍ਹੋ ਯਾਰ ਆਪਾਂ ਕੀ ਲੈਣਾ ਇਹਨਾਂ ਕਿਤਾਬਾਂ ਤੋਂ, ਹੁਣ ਨਹੀਂ, ਹੁਣ ਉਹ ਥਾਂ ਬਣਾਉਣ ਲੱਗ ਗਈਆਂ, ਇੱਕ ਵੱਖਰਾ ਥਾਂ ਬਣੀ ਜਾਂਦਾ ਉਹਨਾਂ ਕਿਤਾਬਾਂ। ਜੋ ਵੀ ਵੀਡੀਓ ਦੇਖ ਰਿਹਾ ਕਿ ਉਹ ਆਪਦੇ ਆਪ ਨੂੰ ਇਹ ਸਵਾਲ ਕਰੇ ਕਿ ਉਹਦੇ ਸੁਪਨੇ ਕੀ ਆ, ਕੀ ਸੁਪਨਾ ਉਹਦਾ, ਸੁਪਨੇ ਹੋਣੇ ਲਾਜ਼ਮੀ ਆ। ਜਿੰਨੇ ਖੂਬਸੂਰਤ ਤੁਹਾਡੇ ਸੁਪਨੇ ਹੋਣਗੇ, ਜਿੰਨੇ ਵੱਡੇ ਤੁਹਾਡੇ ਸੁਪਨੇ ਹੋਣਗੇ, ਉਨੀ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਤਜ਼ਰਬੇ ਵਾਲੀ ਹੋਊਗੀ ਅਤੇ ਤੁਸੀਂ ਸਿਰਜਣਾ ਕਰੋਗੇ, ਫਿਰ ਉੱਥੇ ਜੀ ਗੱਲ ਜੁੜ ਜਾਂਦੀ ਹੈ। ਸੁਪਨੇ ਹੋਣੇ ਲਾਜ਼ਮੀ ਆ, ਕਿਤੇ ਵੀ ਆ, ਸੁਪਨਿਆਂ ਬਿਨਾਂ ਮੈਨੂੰ ਨਹੀਂ ਲੱਗਦਾ ਵੀ ਜ਼ਿੰਦਗੀ ਕੁਛ ਹੈਗੀ ਆ। ਛੋਟੇ ਛੋਟੇ ਆ ਭਾਵੇਂ,
छोटे छोटे भी सुपने बस कसूरत आ, मैं नहीं आते वे सुपने होने चाहिए है आपकी घर वाले कोई भावें गोभी लैके जानी भी अज पनीर लैके जाना वो भी सुपना ही है। सुपने अहम आ, सुपने बचा के रखते किसी भी कोई भी दुनिया उन्होंने सुपने बचा के मनुखता मनुखता मैं लगता भी सुपन नाल जुड़ी हुई है। जो मनुख मनुखा च सुपने कढ़ दिए आप तो वह मनुख नहीं रहने वो कुछ होर ही बन जूगा। तो सुपने जरूरी है, सुपने लिए सब कुछ ठीक है। तो मेरी मैं मेरा निचोड़ यही है कि सुपने जिंदगी दे विच होने लाजमी ने। दूसरा तुहाडी जिंदगी दे विच सिरजना होनी, तुहाडी किरत च तुहाडी सिरजना होनी बहुत लाजमी है।